ਬਿਸਮਿਲ੍ਲਾਹਿ ਰਹਿਮਾਨਿ ਰਹੀਮ। ਮੇਰੇ ਵੱਲੋਂ ਮੇਰੇ ਸਾਰੇ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕੁਮ। ਮੇਰੀ ਦੁਆ ਅੱਲਾਹ ਤਾਲਾ ਤੁਹਾਨੂੰ ਖੁਸ਼ ਰੱਖੇ, ਆਬਾਦ ਰੱਖੇ, ਤੁਹਾਡੇ ਸਾਰੇ ਦੁੱਖ ਤਕਲੀਫਾਂ ਨੂੰ ਦੂਰ ਕਰੇ, ਤੁਹਾਨੂੰ ਜ਼ਿਆਦਾ ਤੋਂ ਜ਼ਿਆਦਾ ਖੁਸ਼ੀਆਂ ਦੇਵੇ, ਸਦਾ ਹਾਜ਼ਰ ਰਹੋ, ਮੁਸਕਰਾਉਂਦੇ ਰਹੋ। ਇਸ ਦੁਆ ਦੇ ਨਾਲ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ। ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਸਾਡੀ ਇੱਕ ਰਿਕੁਐਸਟ, ਅਗਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹਨੂੰ ਸਬਸਕ੍ਰਾਈਬ ਕਰ ਲਓ, ਬੈਲ ਦੇ ਬਟਨ ਨੂੰ ਵੀ ਜ਼ਰੂਰ ਦਬਾਇਓ ਤਾਂ ਕਿ ਸਾਡੀ ਹਰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਬਰ ਵਕਤ ਮਿਲਦਾ ਰਹੇ। ਅਤੇ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ। ਅਤੇ ਜਿਸ ਤਰ੍ਹਾਂ ਮੈਂ ਕੱਲ੍ਹ ਵੀਡੀਓ 'ਚ ਵੀ ਦੱਸਿਆ ਸੀ ਵੀ ਸਾਡਾ ਟ੍ਰਾਂਸਫਾਰਮ ਸੜ ਗਿਆ ਹੋਇਆ ਵਾ, ਅਤੇ ਸਾਨੂੰ ਵੀਡੀਓ ਬਣਾਉਣੀ ਵੀ ਕੁਛ ਮੁਸ਼ਕਿਲ ਹੋ ਰਹੀ ਆ। ਅਤੇ ਮੋਈ ਸਾਹਿਬ ਕਮਰੇ 'ਚ ਕੂਲਰ ਚੱਲ ਰਿਹਾ ਸੀ, ਕੂਲਰ ਦੀ ਥੋੜ੍ਹੀ ਜਿਹੀ ਆਵਾਜ਼ ਆਉਂਦੀ ਹੈ ਅਤੇ ਫਿਰ ਇਸ ਕਰਕੇ ਨਾ ਵੀਡੀਓ ਨਹੀਂ ਬਣਦੀ। ਅਤੇ ਇੱਥੇ ਮੋਈ ਸਾਹਿਬ ਸੌ ਗਏ ਸੀ ਅਤੇ ਇਸ ਲਈ ਫਿਰ ਅਸੀਂ ਬਾਹਰ ਆਏ ਹਾਂ। ਅਤੇ ਅਸੀਂ ਕਿਹਾ ਚਲੋ ਬਾਹਰ ਜਾ ਕੇ ਵੀਡੀਓ ਬਣਾ ਕੇ ਆਉਂਦੇ ਹਾਂ। ਗਰਮੀ ਬਹੁਤ ਜ਼ਿਆਦਾ ਵਾ, ਇੱਥੇ ਛਾਂ ਸੀਗੀ ਅੰਬ ਦੇ ਦਰਖਤ ਦੇ ਨੀਚੇ, ਅਤੇ ਇਸ ਲਈ ਅਸੀਂ ਇੱਥੇ ਬੈਠ ਗਏ ਹਾਂ। ਮੈਂ ਕਿਹਾ ਇੱਥੇ ਬੈਠ ਕੇ ਵੀਡੀਓ ਬਣਾਉਂਦੇ ਹਾਂ। ਅਤੇ ਇਹ ਅੰਬ ਮਿਲਿਆ ਮੈਨੂੰ, ਇਹ ਕੱਲ੍ਹ ਮਿਲਿਆ ਖਾਣੇ ਵਾਸਤੇ। ਇੱਕ ਕੱਲ੍ਹ ਮੈਂ ਸਬਜ਼ੀ ਲੈਣ ਆਈ ਸੀਗੀ ਇੱਥੋਂ, ਇੱਥੋਂ ਦੀ ਗੁਜ਼ਰ ਰਹੀ ਸੀ ਅਤੇ ਉਹ ਇਸ ਤੋਂ ਜ਼ਿਆਦਾ ਪੱਕਿਆ ਹੋਇਆ ਸੀਗਾ, ਮੈਂ ਇੱਥੇ ਬੈਠ ਕੇ ਖਾ ਲਈ ਆ। ਅਤੇ ਇਹ ਲੇਕਿਨ ਹੈ ਨਰਮ ਆ, ਵੈਸੇ ਰੱਖਣਾ ਪਏਗਾ ਫਿਰ ਇਹ ਪੱਕੇਗਾ। ਇਹ ਦੇਖੋ ਨਾ ਪੱਕ ਕੇ ਗਿਰਦੇ ਆ, ਗਿਰਦੇ ਆ ਅਤੇ ਚਿੜੀਆਂ ਕਾਂ ਇਸ ਤਰ੍ਹਾਂ ਦੇਖੋ ਖਾ ਲੈਂਦੇ, ਉਹਨਾਂ ਨੇ ਵੀ ਤਾਂ ਖਾਣੀ ਆ। ਹਾਂਜੀ, ਚਿੜੀਆਂ ਕਾਂ ਖਾ ਲੈਂਦੇ, ਦੇਖੋ ਇੰਨਾ ਪੱਕਾ ਆਮ ਸੀ ਚਿੜੀਆਂ ਨੇ ਖਾ ਲਿਆ ਵਾ। ਚੰਗਾ ਕੀਤਾ, ਚਿੜੀਆਂ ਖਾ ਲੈਂਦੀਆਂ ਵਾ। ਉਹਨਾਂ ਨੇ ਤਾਂ ਪੇਟ ਪੂਜਾ ਕਰਨੀ ਹੈ ਨਾ। ਇਹ ਕੱਚਾ ਗਿਰਿਆ ਹੋਇਆ ਵਾ ਅਤੇ ਉਹਨਾਂ ਨੇ ਉਹ ਵੀ ਨਹੀਂ ਛੱਡਿਆ ਦੇਖੋ। ਹਾਂਜੀ ਚਲੋ ਕੋਈ, ਅਤੇ ਵੀਡੀਓ ਸ਼ੁਰੂ ਕਰਦੇ ਹਾਂ। ਕਵੇ ਆ ਗਏ, ਕਵੇ ਆ ਵੀ ਗਏ ਆ, ਹਜੇ ਕੋਈ ਕੋਈ ਪੱਕ ਕੇ ਗਿਰਦਾ ਵਾ ਆਮ। ਕਿਵੇਂ ਮੈਨੂੰ ਤਾਂ ਇੰਨੀ ਨੀਂਦ ਆਉਂਦੀ ਸੀ, ਇੰਨੀ ਨੀਂਦ ਆਉਂਦੀ ਸੀ, ਚਾਚੀ ਹੁਣੀ ਆਏ ਹੋਏ ਸੀ, ਮੈਂ ਉਹਨਾਂ ਨੂੰ ਚਾਏ ਪਾਣੀ ਦਿੱਤਾ ਅਤੇ ਚਾਏ ਦੇ ਕੇ ਮੈਂ ਉੱਥੇ ਲੇਟ ਕੇ ਸੌ ਗਈ। ਹੁਬੋ ਜੀ ਉਹਨਾਂ ਨਾਲ ਗੱਲਾਂ ਕਰ ਰਹੇ ਸੀ, ਹੁਣ ਵੀ ਮੇਰੀਆਂ ਅੱਖਾਂ ਨਹੀਂ ਖੁੱਲ ਰਹੀਆਂ ਸੀ। ਚੋਈ ਸਾਹਿਬ ਨੇ ਚਾਏ ਗਰਮ ਕਰਕੇ ਦਿੱਤੀ ਹੈ ਅਤੇ ਕਹਿੰਦੇ ਚਲੋ ਕੋਈ ਵੀਡੀਓ ਬਣਾ ਲਈਏ। ਅਤੇ ਗਰਮੀ ਜ਼ਿਆਦਾ, ਬਹੁਤ ਜ਼ਿਆਦਾ। ਹਾਂਜੀ ਗਰਮੀ ਵੀ ਬਹੁਤ ਜ਼ਿਆਦਾ ਵਾ, ਗਰਮੀ ਅੱਗੇ ਦੋ ਤਿੰਨ ਦਿਨ ਨਾ ਸਹੀ ਲੱਗ ਗਿਆ। ਹਾਂਜੀ ਪਹਿਲੇ ਕੁਛ ਦਿਨ ਠੰਡੇ ਲੱਗੇ ਆ ਅਤੇ ਹੁਣ ਗਰਮੀ ਬਹੁਤ ਜ਼ਿਆਦਾ ਹੋ ਗਈ। ਉਹਨਾਂ ਨੂੰ ਵੀ ਪਤਾ ਚੱਲ ਗਿਆ ਵੀ ਟ੍ਰਾਂਸਫਾਰਮ ਸੜ ਗਿਆ, ਸੜ ਗਿਆ ਵਾ ਸਰ, ਬਹੁਤ ਜ਼ਿਆਦਾ ਮਸਲਾ ਵਾ। ਅਤੇ ਸਾਡੇ ਵਾਸਤੇ ਦੁਆ ਕਰੋ ਵੀ ਸਾਡੇ ਨਾ ਹਮਸਾਏ ਸਾਰੇ ਜਲਦੀ ਜਲਦੀ ਨਾ ਰਾਜ਼ੀ ਹੋ ਜਾਣ, ਵੀ ਜਲਦੀ ਜਲਦੀ ਪੈਸੇ ਦੇਣ ਅਤੇ ਰਾਜ ਸਾਰਾ ਨਵਾਂ ਆ ਜਾਵੇ। ਦੁਕਾਨੀਆਂ ਕੋਈ ਸ਼ਾਪਿੰਗ ਕੀਤੀ ਸੀ ਅਤੇ ਆਪਣੇ ਮੈਂ ਆਪਣੇ ਭਰਾਵਾਂ ਨੂੰ ਦਿਖਾਈ ਨਹੀਂ ਸੀ, ਅਤੇ ਇੱਕ ਸਾਡੇ ਕੋਲ ਆਪ ਹੀ ਆਏ ਸੀਗੇ ਅਤੇ ਮੋਈ ਸਾਹਿਬ ਦੇ ਵਾਸਤੇ ਵੀ ਲੈ ਕੇ ਆਏ ਆ, ਮੋਈ ਵਾਸਤੇ ਸ਼ੇਰਵਾਨੀ ਲੈ ਕੇ ਆਏ ਆ। ਮਾਸ਼ਾਅੱਲਾ ਕਲਰ ਬੜਾ ਹੀ ਪਿਆਰਾ ਵਾ, ਤਿੱਲੇ ਦਾ ਕੰਮ ਹੋਇਆ ਹੋਇਆ ਵਾ, ਤਿੱਲੇ ਦਾ ਉੱਪਰ ਕੰਮ ਹੋਇਆ ਹੋਇਆ ਵਾ। ਆਪ ਹੀ ਕਹਿੰਦੇ ਵੀ ਮੇਰੀ ਬੇਟੀ ਕਹਿ ਰਹੀ ਸੀ ਵੀ ਮੰਮਾ ਮੋਈ ਵਾਸਤੇ ਨਾ ਸ਼ੇਰਵਾਨੀ ਲਓ, ਉਹਦੇ ਚਾਚੂ ਦੀ ਸ਼ਾਦੀ ਆਉਣ ਵਾਲੀ। ਮੈਂ ਕਹਿੰਦੀ ਚਾਚੂ ਦੀ ਸ਼ਾਦੀ ਨਹੀਂ, ਸਾਡੇ ਹਮਸਾਏ ਆ ਕੋਲ ਸਾਡੇ ਕੁਛ ਹੈ ਰਿਸ਼ਤੇਦਾਰ ਅਤੇ ਉਹਨਾਂ ਦੀ ਬੇਟੀ ਦੀ ਸ਼ਾਦੀ ਆ, ਇਸ ਕਰਕੇ ਕਹਿੰਦੀ ਉਹਨੂੰ ਪਿਆਰੀ ਲੱਗੀ ਅਤੇ ਲੈ ਲਈ। ਸਾਡੇ ਕੋਲ ਬੱਚਾ ਕੋਈ ਨਹੀਂ ਹੈ ਛੋਟਾ, ਅਤੇ ਆਪਣੇ ਬੱਚਿਆਂ ਨੂੰ ਪਿਆਰ ਬੜਾ ਕਰਦੀ ਹੈ ਅਤੇ ਮੋਇਜ਼ ਵਾਸਤੇ ਲੈ ਕੇ ਆਏ ਆ। ਮੋਇਜ਼ ਬੜਾ ਹੀ ਖੁਸ਼ ਸੀਗਾ, ਵਾਸਤੇ ਵੀ ਲੈ ਕੇ ਆਏ ਕੱਪੜੇ, ਹੀਬਾ ਆਪਣੇ ਕੱਪੜੇ ਲੈ ਕੇ ਹੋਈ ਆ ਅੰਮੀ ਹੀਬਾ ਕੋਲ ਗਈ ਹੋਈ ਆ। ਮੋਇਜ਼ ਸਾਹਿਬ ਦੇ ਮੋਇਜ਼ ਨੂੰ ਪੂਰੇ ਉਹ ਤਾਂ ਕਹਿੰਦਾ ਜਿੰਨੇ ਕੱਪੜੇ ਹੋਣ ਮੇਰੇ ਉਨੇ ਥੋੜ੍ਹੇ ਹੋਣ। ਹਾਂਜੀ ਮੋਇਜ਼ ਸਾਹਿਬ ਸ਼ੇਰਵਾਨੀ ਨਾਲ ਤੰਗ ਹੀ ਪਜਾਮਾ ਸੋਹਣਾ ਲੱਗਦਾ ਇਸ ਤਰ੍ਹਾਂ ਹੀ। ਸੂਟ ਦਿਖਾਉਣ ਲੱਗੀ ਹਾਂ, ਇਸ ਦਾ ਪੋਸਟਰ ਆ, ਬੜਾ ਪਿਆਰਾ ਮੇਰਾ ਸੂਟ ਆ, ਚੋਈ ਸਾਹਿਬ ਨੇ ਵੀ ਪਸੰਦ ਕੀਤਾ ਵਾ। ਇਸ ਦਾ ਪਜਾਮਾ ਵਾ ਬਲੈਕ, ਚਲੋ ਮੈਂ ਚਲਾ ਲਿਆ ਕਰੂ, ਹੁਣ ਦੱਸਿਓ ਕਰੋ। ਮੈਂ ਚਲਾਉਂਦਾ ਰਿਹਾ ਇਸ 'ਤੇ ਕੋਲਿਆਂ ਵਾਲੀ। ਹਾਂਜੀ ਮੈਂ ਤੁਹਾਨੂੰ
ਦੱਸਿਆ ਸੀ ਜਿਸ ਟਾਈਮ ਚੌਕਾਸ ਮੈਂ ਬਾਜ਼ਾਰੋਂ ਲਿਆ ਸੀ ਨਾ, ਮੈਂ ਤੁਹਾਨੂੰ ਉਹਦੇ ਦੱਸਿਆ, ਮੈਨੂੰ ਬਹੁਤ ਪਿਆਰ ਲੱਗਾ। ਫਰੰਟ ਸਾਈਡ ਇਸ ਦਾ ਬਾਰਡਰ ਬੇਸ਼ੱਕ ਹੀ ਪਹੁੰਚਿਆ ਅਤੇ ਲਗਾਇਆ ਜਾਵੇ ਗਲੇ 'ਤੇ, ਗਲਾ ਨਹੀਂ ਬਣਿਆ ਹੋਇਆ, ਬੇਸ਼ੱਕ ਗਲੇ 'ਤੇ ਲਗਾ ਲਾ, ਨੀਚੇ ਲਗਾ ਲਾ। ਇਸਦੀ ਬੈਕ ਸਾਈਡ ਆ, ਸਭ ਤੋਂ ਮੇਨ ਚੀਜ਼ ਮੈਨੂੰ ਪਤਾ ਬੜੀ ਪਸੰਦ ਆਈ ਹੈ, ਦੇਖੋ ਵਾਈਟ ਇਹਦੀ ਜ਼ਮੀਨ ਆ ਵਿੱਚ ਬਲੈਕ, ਇਸ ਤਰ੍ਹਾਂ ਬਹੁਤ ਸੋਹਣਾ। ਪੈਸੇ ਲੱਗੇ ਹੋਏ ਮੰਥ ਲੱਗਦਾ ਵੈਸੇ ਨਾ, 10-12 ਦਿਨ ਲੱਗ ਹੀ ਜਾਣੇ ਅਗਰ ਲੈਟ ਨਾ ਆਏ ਤੇ, ਹਜੇ ਕੱਪੜੇ ਰਹਿ ਜਾਣੇ ਫਿਰ ਕਿਸੇ ਨੂੰ ਦੇਣੇ ਪੈਣੇ ਨੇ। ਚਲੋ ਸਿਲਾਈ ਤਾਂ ਕਰਾਉਣੀ ਹੈ, ਕਿਸੇ ਕੋਲ ਕਰਾ ਲਾਂਗੇ। ਇਬਨ ਤੇ ਹਮਜਾਨ ਮੈਂ ਕਿਹਾ, ਮੈਂ ਤੁਸੀਂ ਬੇਟਾ ਇੰਨੇ ਕੱਪੜੇ ਫਾੜ ਦੀਆਂ ਮੈਂ ਨਾ ਤੁਹਾਨੂੰ, ਤੁਸੀਂ ਕੱਪੜਿਆਂ ਸਣੀ ਵਾਰ ਵਾਰ ਨਹਾਉਂਦੀਆਂ, ਮੈਂ ਨਾ ਤੁਹਾਨੂੰ ਟਿਵੀਰੇ 'ਤੇ ਸੂਟ ਲਾ ਦੇਣੇ ਨਹਾਉਣੇ ਵਾਸਤੇ। ਕਹਿੰਦੀ ਨਾ ਅਸੀਂ ਪਾਪਾ ਟਿਵੀਰੇ 'ਤੇ ਨਹੀਂ ਪਾਉਣੇ। ਮੈਂ ਕਿਹਾ ਕਿਉਂ ਨਹੀਂ ਪਾਉਣੇ ਤੁਸੀਂ, ਟਿਊਬਵੈੱਲ ਜਿਸ ਟਾਈਮ ਚੱਲਦਾ। ਤੁਸੀਂ ਕਹਿੰਦੀ ਅਸੀਂ ਨਹਾਉਣ ਚੱਲੀਆਂ ਨਾਲ ਹੀ ਨਾ ਮਾਮੂ ਹੋਣਾ ਦੇ ਉੱਤੇ, ਅਤੇ ਮੈਂ ਕਿਹਾ ਤੁਸੀਂ ਮੰਨਦੀਆਂ ਨੇਗੀਆਂ। ਮੈਨੂੰ ਬਹੁਤ ਪਿਆਰਾ ਲੱਗਾ, ਮੇਰਾ ਤਾਂ ਦਿਲ ਕਰਦਾ ਮੈਂ ਵੀ ਇਸ ਤਰ੍ਹਾਂ ਦਾ ਕਲਰ ਲੈ ਲਾਂ। ਸਰਦੀਆਂ ਵਾਲਾ ਚਲੋ ਕਿਸੇ ਹੋਰ ਦੁਕਾਨ ਤੋਂ ਪਤਾ ਕਰ ਲਾਂਗੇ। ਹਾਂਜੀ ਵਾਹ ਮੌਜ ਲੱਗੀ ਰਹਿੰਦੀ। ਹਮਨਾ ਵੈਸੇ ਬਹੁਤ ਸਮਝਦਾਰ ਹੋ ਗਈ, ਵੈਸੇ ਵੀ ਨਹੀਂ ਮੰਗਦੀ। ਮੈਂ ਕਿਹਾ ਆਪਣੇ ਭੈਣਾਂ ਭਾਈਆਂ ਨਾਲ ਵੀ ਆਪਣੀ ਸ਼ੋਪਿੰਗ ਸ਼ੇਅਰ ਕਰ ਲਈ ਹੈ। ਲੈਸ ਬੜੀ ਮਹਿੰਗੀ, ਜਿੰਨੇ ਦੇ ਕੱਪੜੇ ਹੁੰਦੇ ਉਹਨੇ ਦੀ ਲੈਸ ਆ ਜਾਂਦੀ। ਹਾਂਜੀ ਇਹ ਪੈਪਿੰਗ ਹਲਕੀ ਕ੍ਰੀਮ ਕਲਰ ਹੈ। ਅੰਮੀ ਜੀ ਦਾ ਸੂਟ ਸਿਲਾਈ ਕਰਨਾ ਵਾ, ਅੰਮੀ ਦਾ ਵੀ ਇੱਕ ਲੈ ਕੇ ਆਈ ਹੋਈ ਹਾਂ ਅਤੇ ਲੇਟ ਲੱਗਦਾ ਨਹੀਂ ਵੀ ਸੀ ਫਿਰ। ਮੈਂ ਆਪਣੇ ਸੂਟ ਨੂੰ ਲਗਾਉਣੀ ਹੈ ਲੈਸ। ਹਾਂ ਦੇਖੋ ਪਿਆਰੀ ਨਾ, ਬਹੁਤ ਪਿਆਰੀ ਹਿਬਾ ਨਾਲ ਗੱਲ ਨਹੀਂ ਹੋਈ। ਹਿਬਾ ਨਾਲ ਅੱਜ ਮੇਰੀ ਗੱਲ ਕੋਈ ਨਹੀਂ ਹੋਈ। ਨਾ ਹਮ ਨਾ ਨਾ ਉਹ ਦੋਨਾਂ ਨੇ ਨਾ ਸੁਬਾ ਮੈਂ ਕਾਲ ਤੇ ਕਿਸ ਤੋਂ ਸਕੂਲ ਸੀ। ਹਾਂ ਪਿਆਰੀ, ਹਾਂ ਬਹੁਤ ਪਿਆਰੀ ਪਿਆਰੀ ਲੱਗੇ ਕਿ ਮੈਂ ਆਪਣਾ ਸੂਟ ਸਿਲਾਈ ਕਰਨਾ ਨਹੀਂ ਲਗਾਉਣੀ। ਸ਼ਾਦੀ ਤਾਂ ਆ ਗਈ, ਸੂਟ ਸਿਲਾਈ ਨਹੀਂ ਹੋਇਆ। ਦਿਨ ਥੋੜੇ ਰਹਿ ਗਏ, ਦਿਨ ਮੇਰੇ ਕੋਲ 2 ਦਿਨ ਨਹੀਂ ਰਹਿ ਗਏ। ਅੱਜ ਕੀ ਦਿਨ ਹੈ? ਅੱਜ ਜੁਮਾ। ਅੱਜ ਤਰੀਕ ਕੀ ਹੈ? ਅੱਜ ਮੇਰੇ ਖਿਆਲ 16 16ਵਾਂ 23 ਤਰੀਕ ਨੂੰ ਸ਼ਾਦੀ ਹੈ। ਇਹ ਮੇਰਾ ਦੂਸਰਾ ਸੂਟ ਜੀ ਨਾ, ਔਰੇਂਜ ਸਲਵਾਰ ਆ, ਪਹਿਲੇ ਮੈਂ ਵੀਡੀਓ 'ਚ ਦਿਖਾਇਆ ਸੀ। ਇਹ ਉਹਦੇ ਨਾਲ ਮੈਨੂੰ ਲੈਸ ਲਈ ਹੈ, ਇਹ ਉਹਨੂੰ ਲਗਾਉਣੀ ਹੈ ਮੈਂ। ਪੱਤੀਆਂ ਦੇਖੋ ਕਿੰਨੀਆਂ ਪਿਆਰੀਆਂ ਪੱਤੀਆਂ ਬਣੀਆਂ। ਹਾਂ ਡੋਰੀ ਸੀਗਾ ਉਹਨਾਂ ਦੇ, ਕੁੰਡੀਆਂ ਲਗਾਉਣੀਆਂ ਮੈਂ।
ਨਲਕੀ ਇੱਕ ਮਜ਼ੇ ਦੀ ਸਭ ਤੋਂ ਪਿਆਰੀ ਚੀਜ਼ ਮੈਂ ਦਿਖਾਉਂਦੀ ਹਾਂ ਜਿਹੜੀ ਮੈਨੂੰ ਪਸੰਦ ਆਈ ਹੈ। ਆਹ ਸ਼ੀਸ਼ੇ ਹਮਨਾ ਦਾ ਇੱਕ ਸੂਟ ਆ, ਮੈਂ ਤਾਂ ਉਹਨੂੰ ਲਗਾਉਂਗੀ। ਕਿੰਨੇ ਪਿਆਰੇ ਆ, ਲਾਉਣੇ ਆਉਂਦੇ ਆ? ਹਾਂਜੀ ਜੀ, ਇਹ ਸੂਈ ਧਾਗਾ ਪਾ ਕੇ ਲਗਾਉਣੇ ਆ। ਹਾਂਜੀ, ਇੱਥੋਂ ਦੀ, ਇੱਥੋਂ ਕਿੱਥੋਂ ਦੀ। ਸਹੀ, ਹਾਂਜੀ। ਦੇਖੋ ਤੁਸੀਂ ਕਿੰਨੇ ਪਿਆਰੇ ਆ, ਉੱਨ ਦਾ ਧਾਗਾ ਲੱਗਿਆ ਹੋਇਆ। ਮੈਨੂੰ ਬਣਾਉਣੇ ਨਹੀਂ ਆਉਂਦੇ ਤੇ ਮੈਨੂੰ ਬਣਾਉਣੇ ਆ ਤੇ ਮੈਂ ਕੱਟੇ ਨਹੀਂ ਕਰਾਂ। ਹੋਰ ਕੰਮ ਮੁੱਕਣਗੇ ਤਾਂ ਹੀ ਆ। ਹਾਂਜੀ, ਬੜੇ ਪਿਆਰੇ ਆ। ਕੰਮ ਹੀ ਬਹੁਤ ਜ਼ਿਆਦਾ ਤਾਂ। ਮਹਿੰਗੇ ਵੀ ਬੜੇ ਨੇ। ਮੈਂ ਕੰਮ ਨਾ ਤੇ ਲਗਾਉਂਗੀ ਜਿਹੀ ਬਾਅਦ। ਇਸ ਤਰ੍ਹਾਂ ਹੀ। ਹੋਰ ਲੈ ਲੂੰਗੀ। ਹਾਂਜੀ, ਮੈਂ ਆਪਣਾ ਜੁੱਤਾ ਲਿਆ ਸੀ, ਚੱਪਲ ਜੁੱਤਾ ਵਾਲਿਆਂ ਦੀ, ਔਰ ਇਹ ਜੀ ਮੈਂ ਦਿਖਾਈ ਹੈ, ਇਹ ਦਿਖਾਉਂਦੀ ਹਾਂ। ਦੇਖੋ ਮਹਿਰੂਮ ਕਲਰ ਮੇਰੇ ਪਰਸ ਨਾਲ ਮੈਚ ਹੋ ਗਿਆ। ਹਿਬਾ ਵੀ ਤਾਂ ਹੀ ਕਹਿੰਦੀ ਪਾਪਾ ਜੀ ਮੈਂ ਲੀਜ਼ਾ ਵਾਲਿਆਂ ਦੀ ਜੁੱਤੀ ਲੈਣੀ ਕਰਨੀ। ਅੱਛਾ, ਉਹ ਵੀ ਪਾਣੀ ਕਰਨੀ, ਪਿਆਰੀ ਲੱਗਦੀ ਹੈ। ਹਾਂ, ਮੈਂ ਤਾਂ ਸਾਫ ਹੀ ਨਾ ਬਣਾ ਲਾ।